ਦਿਆਲਤਾ ਦੇ ਘਰ ਵਿੱਚ ਜਾ ਕੇ ਸਿਵਕ ਦੀਆਂ ਸਾਰੀਆਂ ਹੀ ਲੋੜਾਂ ਸਾਰੀਆਂ ਦਸਾਂ ਪੂਰੀਆਂ ਕਰ ਦਿੰਦੇ ਹਾਂ। ਬੜੇ ਪਿਆਰ ਅਦਬ ਸਤਿਕਾਰ ਨਾਲ ਅੱਜ ਜੁੜੇ ਹੋ। ਅੱਜ ਉਹ ਮਹਾਨ ਪਵਿੱਤਰ ਗੁਰਮਤ ਸਮਾਗਮ ਅੱਠਵਾਂ ਆਤਮ ਰਸਕੇ ਦਰਬਾਰ ਜੋ ਸਤਪੁਰ ਦੇ ਦਰੋ ਧਰੋਹਰ ਸਾਹਿਬ ਕਿਰਪਾ ਕੀਰਤਨ ਕੌਂਸਲ ਚੰਡੀਗੜ੍ਹ ਦੇ ਸਾਰੇ ਹੀ ਜਥੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਹਿਯੋਗ ਪ੍ਰਾਪਤ ਕਰਕੇ ਆਪ ਸੰਤਾਂ ਦੀ ਸੇਵਾ ਕਰਨ ਵਾਸਤੇ ਇੱਕ ਵਾਰ ਫਿਰ ਹਾਜ਼ਰ ਹੋਏ ਹਨ। ਬੜੇ ਹੀ ਪਿਆਰ ਸਤਿਕਾਰ ਨਾਲ ਸਾਰੇ ਹੀ ਜਥੇ ਜੋ ਦਸ ਮਿੰਟ ਪਹਿਲਾਂ ਕੀਰਤਨ ਦੀ ਸੇਵਾ ਕਰ ਰਹੇ ਸਨ ਆਪ ਸਰਬੱਤ ਸੰਗਤ ਨੇ ਸੀਸਾਂ ਬਖਸ਼ਿਸ਼ ਕੀਤੀਆਂ ਹਨ। ਅਰਦਾਸ ਕਰੋ ਕਿ ਸਾਰੇ ਜੁੜ ਮਿਲ ਕੇ ਉਸ ਮਾਲਕ ਦੀ ਉਸਤਤ ਨੂੰ ਪਿਆਰ ਅਤੇ ਸਤਿਕਾਰ ਨਾਲ ਗਾਇਨ ਕਰਦੇ ਹਨ। ਆਪਣਾ ਜੀਵਨ ਵੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜ ਕੇ ਸਫਲ ਕਰ ਸਕਣ। ਜੋ ਸੇਵਾ ਦਸਤਿਆਂ ਦੀ ਝੋਲੀ ਵਿੱਚ ਪਈ ਹੈ ਇਹ ਪਾਵਨ ਬਾਣੀ ਦਾ ਕੀਰਤਨ ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਵਾਨ ਹੋਵੇ। ਇਸ ਲਈ ਸਾਰੀ ਹੀ ਸੰਗਤ ਜਿੱਥੋਂ ਤੱਕ ਆਵਾਜ਼ ਜਾ ਰਹੀ ਹੈ ਸਾਰੇ ਨੇ ਜੁੜ ਕੇ ਜਿੱਥੇ ਬਾਣੀ ਨੂੰ ਗਾਇਨ ਕਰਨਾ ਹੈ ਇਹਨਾਂ ਜਥਿਆਂ ਵਾਸਤੇ ਦਸਵੇਂ ਵਾਸਤੇ ਅਰਦਾਸ ਬੇਨਤੀ ਕਰਨਾ। ਸਤਿਗੁਰੂ ਰਹਿੰਦਾ ਸਾਰਾ ਜੀਵਨ ਆਪਣੀ ਪਾਵਨ ਬਾਣੀ ਨੂੰ ਕੀਰਤਨ ਦੁਆਰਾ ਸੇਵਾ ਲੈਂਦੇ ਰਹਿਣ। ਸੰਤਾਂ ਨੂੰ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦਾ ਆਸਰਾ ਬਖਸ਼ ਕਰਕੇ ਘਰਾਂ ਦੇ ਅੰਦਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਲਾ ਜੀਵਨ ਗੁਰੂ ਦਰ ਦੀ ਸੰਤਾਂ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ। ਪ੍ਰਬੰਧਕ ਸੰਗਤਾਂ ਜਦੋਂ ਜੋ ਉਪਰਾਲਾ ਕੀਤਾ ਹੈ ਸਤਿਗੁਰੂ ਸਾਰੇ ਹੀ ਪ੍ਰਬੰਧਕ ਸੰਗਤਾਂ ਦੇ ਸੀਸ ਤੇ ਮੇਲ ਪਿਆਰ ਰੱਖਣ। ਸਾਡੇ ਅਤਿ ਸਤਿਕਾਰਯੋਗ ਵੀਰ ਸਰਦਾਰ ਜਸਵਿੰਦਰ ਸਿੰਘ ਜੀ ਜੋ ਸਮੇਂ ਸਮੇਂ ਦਸਰਿਆਂ ਨੂੰ ਨਾਲ ਲੈ ਕੇ ਸੰਤਾਂ ਦੀ ਸੇਵਾ ਕਰਵਾਉਂਦੇ ਰਹਿੰਦੇ ਹਨ ਉਹਨਾਂ ਦਾ ਜਥਿਆਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ ਕਿਉਂਕਿ ਜਦੋਂ ਕੋਈ ਸਮਾਗਮ ਨੂੰ ਲਿਖਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਕਿਸੇ ਨਾ ਕਿਸੇ ਸੱਜਣ ਨਾਲ ਗੱਲ ਕੀਤੀ ਜਾਂਦੀ ਹੈ ਪਰ ਜਦੋਂ ਵੀ ਵੀਰ ਜੀ ਨਾਲ ਗੱਲ ਕੀਤੀ ਜਾਂਦੀ ਹੈ ਉਹ ਭਰਪੂਰ ਸਹਿਯੋਗ ਬਖਸ਼ਿਸ਼ ਕਰਦੇ ਹਨ ਕਿਉਂਕਿ ਪ੍ਰਬੰਧਕ ਸੱਜਣਾਂ ਦੇ ਨਾਲ ਮਿਲ ਕੇ ਆਪ ਸੰਗਤਾਂ ਦੀ ਸੇਵਾ ਕਰ ਰਹੇ ਹਨ। ਸਤਿਗੁਰੂ ਉਹਨਾਂ ਦੇ ਸੀਸ ਤੇ ਵੀ ਮੇਲ ਪਿਆਰ ਰੱਖਣ। ਆਓ ਸਤਿਗੁਰ ਦੀ ਪਾਵਨ ਪਵਿੱਤਰ ਬਾਣੀ ਦਾ ਸ਼ਬਦ ਹੈ ਰੱਖੋ ਰੱਖੋ ਕਿਰਪਾ ਧਾਰ ਤੇਰੀ ਸ਼ਰਨ ਤੇਰਾ ਦਰਬਾਰ। ਸਤਿਗੁਰ ਦੀ ਸ਼ਰਨ ਵਿੱਚ ਬੈਠ ਕੇ ਜਿਤਨੀ ਵੀ ਸੰਗਤ ਜੁੜੇ ਹੋ ਸਾਰਿਆਂ ਨੇ ਹੀ ਮਿਲ ਕੇ ਬਾਣੀ ਦਾ ਕੀਰਤਨ ਗਾਇਨ ਕਰਨਾ ਹੈ। ਠੀਕ ਸਾਡੇ ਦੌਰ ਦੀ ਕੀਰਤਨ ਦੀ ਸਮਾਪਤੀ ਕੀਤੀ ਜਾਵੇਗੀ। ਆਪ ਸਭਾ ਸੰਗਤਾਂ ਨੇ ਅਦਬ ਸਤਿਕਾਰ ਨਾਲ ਬਾਣੀ ਦਾ ਕੀਰਤਨ ਸਰਵਣ ਕਰਨ ਤੋਂ ਉਪਰੰਤ ਜੋ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਹਨ ਪ੍ਰਬੰਧਕ ਸੰਗਤਾਂ ਵੱਲੋਂ ਸਭ ਨੇ ਸ਼ਕਤੀ ਰਾਮ ਦੀ ਕਿਰਪਾ ਕਰਨੀ ਅਤੇ ਕੋਸ਼ਿਸ਼ ਕਰੋ ਕਿ ਰੋਜ਼ਾਨਾ ਹੀ ਆਪ ਸੰਗਤਾਂ ਦੀ ਹਾਜ਼ਰੀ ਇਸ ਗੁਰੂ ਘਰ ਵਿੱਚ ਇਸੇ ਤਰ੍ਹਾਂ ਹੋਵੇ। ਕਿਸੇ ਖਾਸ ਮੌਕੇ ਜਦੋਂ ਆਪਾਂ ਗੁਰੂ ਦਰਬਾਰ ਵਿੱਚ ਆਉਂਦੇ ਹਾਂ ਠੀਕ ਹੈ ਪਰ ਰੋਜ਼ਾਨਾ ਹੀ ਗੁਰੂ ਦਰਬਾਰ ਸੰਗਦਾ ਹੈ ਕੀਰਤਨ ਹੁੰਦਾ ਹੈ ਬਾਣੀ ਪੜ੍ਹੀ ਜਾਂਦੀ ਹੈ ਸੁਣੀ ਜਾਂਦੀ ਹੈ ਸਾਰੀ ਸੰਗਤ ਵੱਧ ਤੋਂ ਵੱਧ ਰੋਜ਼ਾਨਾ ਰੂਟੀਨ ਬਣਾਓ ਬਾਣੀ ਨਾਲ ਜੁੜੋ ਤਾਂ ਕਰਨ ਲੱਗਦੀ ਹੈ ਜੀ। ਆਓ ਮਿਲ ਕੇ ਸਾਰੇ ਗੁਰੂ ਜੀ ਵਾਹਿ ਗੁਰੂ ਵਾਹਿ
Oh,
वाहे गुरु, वाहे गुरु।
Yeah.